ਮੈਂ ਇਹ ਚੀਜ਼ ਨੂੰ ਮਿਹਨਤ ਨਹੀਂ ਮੰਨਦਾ ਜੀ ਇਹਨੂੰ ਮੈਂ ਇੰਜੋਇਮੈਂਟ ਮੰਨਦਾ ਤੁਸੀਂ ਕਿਸੇ ਵੀ ਫੀਲਡ 'ਚ ਜੇ ਕੁਝ ਕਰ ਰਹੇ ਹੋ ਤੇ ਤੁਸੀਂ ਉਹਨੂੰ ਇੰਜੋਏ ਕਰੋਗੇ ਤੁਸੀਂ ਟੌਪ ਤੇ ਆ ਜਾਓਗੇ ਜਦੋਂ ਮੈਂ ਈਵਨ ਕੀ ਰਸਤੇ 'ਚ ਜਾ ਰਿਹਾ ਹੁੰਦਾ ਕਈ ਵਾਰੀ ਬੁਲੇਟ ਤੇ ਹੁੰਦਾ ਵਾਂ ਤੇ ਮੈਨੂੰ ਲੋਕੀ ਕਈ ਨਾ ਰੋਕ ਕੇ ਕਹਿੰਦੇ ਆ ਵੀ ਭਾਜੀ ਤੁਹਾਡੇ ਨਾ ਡੋਲੇ ਬਹੁਤ ਵਧੀਆ ਤੁਸੀਂ ਬੜੀ ਬਾਜੀ ਮਿਹਨਤ ਕੀਤੀ ਲੱਗਦੀ ਐ ਜਾਂ ਉਦਾਂ ਕਿਤੇ ਜਾਨਾ ਹਰ ਬੰਦਾ ਯਾਤਰਾ ਹੀ ਕਹਿੰਦਾ ਵੀ ਭਾਜੀ ਮਿਹਨਤ ਬਹੁਤ ਕੀਤੀ ਤੁਸੀਂ ਸੋ ਮੇਰਾ ਉਹਨਾਂ ਨੂੰ ਇਹੀ ਜਵਾਬ ਹੁੰਦਾ ਵੀ ਭਾਜੀ ਮੈਂ ਕਦੀ ਜ਼ਿੰਦਗੀ 'ਚ ਮਿਹਨਤ ਕੀਤੀ ਨਹੀਂ ਮੈਂ ਤਾਂ ਇਸ ਚੀਜ਼ ਨੂੰ ਇੰਜੋਏ ਕੀਤਾ ਵਾ ਮੈਨੂੰ ਨਹੀਂ ਪਤਾ ਮੈਂ ਚੀਜ਼ ਨੂੰ ਹਮੇਸ਼ਾ ਇੰਜੋਏ ਕੀਤਾ ਵਾ ਤੇ ਜੇ ਤੁਸੀਂ ਵੀ ਕੋਈ ਕੰਮ ਕਰ ਰਹੇ ਹੋ ਤੁਸੀਂ ਉਹਨੂੰ ਕਦੀ ਵੀ ਮਿਹਨਤ ਦੇ ਤਰੀਕੇ ਨਾਲ ਨਾ ਦੇਖੋ ਜੇ ਤੁਸੀਂ ਉਹਨੂੰ ਮਿਹਨਤ ਦੇਖੋਗੇ ਨਾ ਤੇ ਮਿਹਨਤ ਜ਼ਿਆਦਾ ਨਹੀਂ ਘਰ ਹੁੰਦੀ ਹੁਣ ਮੈਂ ਜਿਮ 'ਚ 4 ਤੋਂ 5 ਘੰਟੇ ਲਾ ਦਿੰਦਾ ਕਦੀ ਕਦੀ ਮੇਰਾ ਮੂਡ ਹੁੰਦਾ ਈਵਨ ਕਿ ਮੈਂ ਆਪਣੇ ਲਾਈਵ ਦੇ ਵਿੱਚ ਇੱਕ ਵਰਕਆਊਟ ਕੀਤਾ ਸੀ ਜਿਹੜਾ ਫੋਰਨ ਦਾ ਇੱਕ ਹੈਗਾ ਰਿਚ ਪੈਨਾ ਉਹ ਬੋਡੀ ਬਿਲਡਰ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਫਿਲਹਾਲ ਇਹ ਦੁਨੀਆ 'ਚ ਨਹੀਂ ਰਹੇ ਠੀਕ ਹੈ ਤੇ ਉਹਨਾਂ ਨੂੰ ਬਹੁਤ ਨੌਲੇਜ ਥੀ ਉਹਨਾਂ ਦਾ ਇੱਕ ਪਲਾਨ ਸੀਗਾ 8 ਘੰਟੇ ਲਗਾਤਾਰ ਵਰਕਆਊਟ ਕਰਨ ਦਾ ਸੋ ਮੈਂ 8 ਘ ਕੋਸ਼ਿਸ਼ ਇਹੀ ਹੈ ਜੀ ਆਪਾਂ ਕੁਝ ਡਿਫਰੈਂਟ ਕਰਨਾ ਵਾ ਇਹ ਕੋਈ ਮੈਂ ਕਿਸੇ ਦਬਾਅ ਚ ਜਾਂ ਕਿਸੇ ਉਦਾਂ ਨਹੀਂ ਮੈਂ ਕਰ ਰਿਹਾ ਵੀ ਮੈਨੂੰ ਕਿਹਾ ਗਿਆ ਇਹ ਮੇਰਾ ਆਪਣਾ ਇੰਟਰਸਟ ਹੈ ਵੀ ਮੈਂ ਇਹ ਚੀਜ਼ ਨੂੰ ਕਰਨਾ ਚਾਹੁੰਦਾ ਵਾ ਸੋ ਜਿਹੜਾ ਸਿੱਕੂ ਸਰੂਪ ਆ ਮੈਂ ਕਿਸੇ ਦਬਾਅ ਹੇਟ ਜਿਹਦਾ ਲੋਕੀ ਕਹੀ ਕਹਿੰਦੇ ਆ ਜੀ ਨਹੀਂ ਸਾਨੂੰ ਕਰਦਿਆਂ ਵੱਲ ਕਿਹਾ ਗਿਆ ਜਾਂ ਉਹ ਕੀਤਾ ਗਿਆ ਇਹ ਮੇਰੀ ਆਪਣੀ ਮਰਜ਼ੀ ਹੈ ਕਿ ਮੈਂ ਇਸ ਚੀਜ਼ ਨੂੰ ਨਾਲ ਆਪਣੇ ਲੈ ਕੇ ਆਪਣੇ ਦੇਸ਼ ਆਪਣੇ ਪੰਜਾਬ ਦਾ ਤੇ ਆਪਣੇ ਧਰਮ ਦਾ ਨਾਮ ਰੋਸ਼ਨ ਕਰਨਾ ਮੈਨੂੰ ਮੇਰੇ ਘਰ ਦੇ ਨਾਲ ਵੀ ਸੁਜੈਸਟ ਕੀਤਾ ਗ੍ਰੇਡ ਖਲੀ ਨੇ ਵੀ ਸੁਜੈਸਟ ਕੀਤਾ ਬਹੁਤ ਸਾਰੇ ਰੈਸਲਰਾਂ ਨੇ ਵੀ ਕਿਹਾ ਵੀ ਤੁਹਾਨੂੰ ਇੱਕ ਡਿਫਰੈਂਟ ਨਾਮ ਚਾਹੀਦਾ ਵਾ ਜੇ ਤੁਸੀਂ ਰਿੰਗ ਦੇ ਵਿੱਚ ਜਾਓਗੇ ਕੁਝ ਡਿਫਰੈਂਟ ਚੀਜ਼ ਲੈ ਕੇ ਆਓ ਕਿਉਂਕਿ ਇੱਕ ਇਹ ਰਿੰਗ ਨੇਮ ਹੁੰਦਾ ਵਾ ਤੁਹਾਨੂੰ ਰਿੰਗ ਨੇਮ ਤੇ ਥਰੂ ਥਰੂ ਬੁਲਾਇਆ ਜਾਂਦਾ ਵਾ ਰਿੰਗ ਦੇ ਵਿੱਚ ਸੋ ਸਾਰਿਆਂ ਦੀ ਹੀ ਸੁਜੈਸ਼ਨ ਸੀ ਉਹਦੇ ਪਿੱਛੇ ਸੋ ਮੈਨੂੰ ਵੀ ਲੱਗਾ ਵੀ ਯਾਰ ਕੁਝ ਇਦਾਂ ਦਾ ਨਾਮ ਹੋਣਾ ਚਾਹੀਦਾ ਵਾ ਜਿਹੜਾ ਇੱਕ ਡਿਫਰੈਂਟ ਹੋਵੇ ਜਦੋਂ ਸਾਨੂੰ ਜਿਸ ਨਾਮ ਨਾਲ ਬੁਲਾਇਆ ਜਾਵੇ ਤੇ ਉਹਦੇ ਤੇ ਅਸੀਂ ਆਪਣੇ ਪੰਜਾਬ ਦਾ ਤੇ ਆਪਣੇ ਦੇਸ਼ ਨੂੰ ਨਾਲ ਰਿਪਰੈਜ਼ੈਂਟ ਵੀ ਕਰੀਏ ਚੈਲੈਂਜਰ ਕੈਨ ਨੂੰ ਮੰਨਦੇ ਆਪਣਾ ਤੁਸੀਂ WWE ਦੇ ਵੀ ਦੇਖੋ ਦੋ ਹੀ ਰੈਸਲਰ ਜਿਹਨਾਂ ਨੂੰ ਮੈਂ ਟੌਪ ਤੇ ਮੰਨਦਾ ਇੱਕ ਬ੍ਰੋਕਲੈਸ ਉਹਨਾਂ ਦਾ ਇੱਕ ਰੋਮਰ ਇੰਸਾ ਤੇ ਮੇਰੇ ਅਗਲੇ ਸ਼ਿਕਾਰ ਵੀ ਉਹੀ ਹੈ ਇੰਡੀਆ 'ਚ ਦੇਖੋ ਬਹੁਤ ਸਾਰੇ ਰੈਸਲਰ ਨੂੰ ਆਲਰੇਡੀ ਮੈਂ ਹਰਾ ਚੁੱਕਿਆ ਹੋਇਆ ਵਾਂ ਹੋਰ ਵੀ ਇੰਟਰਨੈਸ਼ਨਲ ਰੈਸਲਰਸ ਨਾਲ ਫਾਈਟ ਕਰ ਚੁੱਕਿਆ ਹੋਇਆ ਵਾਂ ਪਰ ਜਿਹੜੇ WWE ਰੈਸਲਰਸ ਹੁੰਦੇ ਆ ਇਹ WWE ਦੇ ਅੰਡਰ ਕੰਟਰੈਕਟ ਹੁੰਦੇ ਆ ਸੋ ਇਹ ਬਾਹਰ ਫਾਈਟ ਨਹੀਂ ਕਰ ਸਕਦੇ ਸੋ ਇਹਨਾਂ ਨਾਲ ਜੇ ਫਾਈਟ ਕਰਨੀ ਹੈ WWE ਦਾ ਕੰਟਰੈਕਟ ਲੈਣਾ ਪੈਣਾ ਸੋ ਜਦਾਂ ਹੀ ਮੈਨੂੰ WWE ਦਾ ਕੰਟਰੈਕਟ ਮਿਲਦਾ ਅਗਲੇ ਸ਼ਿਕਾਰ ਇਹ ਦੋਨੋਂ ਮੇਰੇ ਹੋ ਉਥੇ ਗੋਰਿਆਂ ਨਾਲ ਜਿਹੜੇ ਮੈਚਸ ਹੁੰਦੇ ਉਥੋਂ ਦੇ ਰਿੰਗ ਅਨਾਉਂਸਰ ਜਾਂ ਉਥੋਂ ਦੇ ਕਮੈਂਡੇਟਰ ਵੀ ਗੋਰੇ ਹੁੰਦੇ ਆ ਸੋ ਮੈਨੂੰ ਸਪੈਸ਼ਲੀ ਜਦੋਂ ਬੁਲਾਉਂਦੇ ਆ ਤੇ ਨਾਲ ਮੇਰੇ ਹੋਰ ਵੀ ਬਹੁਤ ਸਾਰੇ ਵਰਡਸ ਨੂੰ ਐਡ ਕਰਦੇ ਆ ਵੀ ਜਿਹਦੇ ਨਾਲ ਬਹੁਤ ਇੱਕ ਪ੍ਰਾਊਡ ਫੀਲ ਹੁੰਦਾ ਵੀ ਯਾਰ ਅਸੀਂ ਇਕੱਲੇ ਨਹੀਂ ਆਏ ਅਸੀਂ ਪੂਰਾ ਆਪਣਾ ਪੰਜਾਬ ਨਾਲ ਲੈ ਕੇ ਆਏ ਆ ਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਪੰਜਾਬ ਤੋਂ ਕੋਈ ਪਹਿਲਵਾਨ ਆਇਆ ਵਾ ਬਹੁਤ ਸਾਰੇ ਜਿਹੜੇ ਬੰਦੇ ਹੁੰਦੇ ਆ ਉਹ ਡਰ ਜਾਂਦੇ ਆ ਮੇਰੇ ਸਾਡੇ ਤੋਂ ਹੀਵਨ ਕੀ ਮੈਂ ਕੁਝ ਬੰਦਿਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਬੰਦੇ ਹੈਗੇ ਆ ਜਿਹੜੇ ਬਹੁਤ ਲੰਬੇ ਲੰਬੇ ਵੀ ਸੀਗੇ ਬੜੇ ਆਪਣਾ ਪੁਲਵਾਨ ਸਮਝਦੇ ਸੀ ਜਦੋਂ ਮੇਰਾ ਉਹਨਾਂ ਨਾਲ ਮੈਚ ਹੋਇਆ ਤੇ ਉਹ ਵੀ ਮੈਨੂੰ ਇਹ ਕਹਿ ਰਹੇ ਸੀ ਵੀ ਭਾਜੀ ਹੌਲੀ ਮਾਰਦੇ ਹੋ ਤੁਸੀਂ ਸੱਟ ਬਹੁਤ ਜ਼ੋਰ ਦੀ ਮਾਰਦੇ ਹੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਪਛਾਣ ਬਣਾ ਕੇ ਆਂਦੇ ਨੇ ਪਰ ਤੁਹਾਨੂੰ ਅੱਜ ਅਸੀਂ ਸਿੱਖ ਨੌਜਵਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਸੁਪਰ ਖਾਲਸਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਬਾਈ ਜੀ ਨੇ ਡਬਲਯੂ ਡਬਲਯੂਜੀ ਦੇ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਤੇ ਸਫ਼ਰ ਦੇ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਬਾਈ ਜੀ ਪਹਿਲੇ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਾਚ ਜੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਾਂ ਜੇ ਤੁਹਾਡਾ ਮੇਬੀ ਹੋਰ ਵੀ ਕੋਈ ਕੁਐਸਚਨ ਹੈਗਾ ਵਾ ਤੁਸੀਂ ਮੇਰੇ ਸੋਸ਼ਲ ਮੀਡੀਆ ਹੈਂਡਲ ਤੇ ਮੇਰੇ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਤੁਸੀਂ ਮੈਨੂੰ ਉੱਥੇ ਡੀਐਮ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਉਹਦਾ ਵੀ ਮੈਂ ਰਿਪਲਾਈ ਕਰਾਂਗਾ ਪਲੱਸ ਫਿਰ ਵੀ ਤੁਸੀਂ ਮੇਰੇ YouTube ਚੈਨਲ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦੇ ਮਨ 'ਚ ਕੋਈ ਵੀ ਕੁਐਸਚਨ ਹੋਵੇ ਜਾਂ ਉਹਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਦੀ ਲੋੜ ਹੋਵੇ ਆਪਾਂ ਉਹਨਾਂ ਦੀ ਜ਼ਰੂਰ ਹੈਲਪ ਕਰੀਦੀ ਆ ਫਿਲਹਾਲ ਅੱਜ ਬਾਜੀ ਹੋਣਾ ਜਿੰਨੇ ਵੀ ਕੁਐਸਚਨ ਹੋਣਗੇ ਸਾਰਾ ਦਾ ਮੈਂ ਜਵਾਬ ਦੇਵਾਂਗਾ ਜੀ ਬਾਜੀ ਸਭ ਤੋਂ ਪਹਿਲੇ ਤਾਂ ਤੁਹਾਡੀ ਬਹੁਤ ਸੋਹਣੀ ਬੋਡੀ ਹੈ ਡੋ ਦੇਖੋ ਮੈਂ ਇਹ ਚੀਜ਼ ਨੂੰ ਮਿਹਨਤ ਨਹੀਂ ਮੰਨਦਾ ਜੀ ਇਹਨੂੰ ਮੈਂ ਇੰਜੋਇਮੈਂਟ ਮੰਨਦਾ ਤੁਸੀਂ ਕਿਸੇ ਵੀ ਫੀਲਡ 'ਚ ਜੇ ਕੁਝ ਕਰ ਰਹੇ ਹੋ ਤੇ ਤੁਸੀਂ ਉਹਨੂੰ ਇੰਜੋਏ ਕਰੋਗੇ ਤੁਸੀਂ ਟੌਪ 'ਤੇ ਆ ਜਾਊਂਗੇ ਜਦੋਂ ਮੈਂ ਈਵਨ ਕੀ ਰਸਤੇ 'ਚ ਜਾ ਰਿਆਂ ਹੁੰਦਾ ਕਈ ਵਾਰੀ ਬੁਲਟ 'ਤੇ ਹੁੰਦਾ ਵਾਂ ਤੇ ਮੈਨੂੰ ਲੋਕੀ ਕਈ ਨਾ ਰੋਕ ਕੇ ਕਹਿੰਦੇ ਆ ਵੀ ਪਾਜੀ ਤੁਹਾਡੇ ਨਾਲ ਡੋਲੇ ਬਹੁਤ ਵਧੀਆ ਤੁਸੀਂ ਬੜੀ ਬਾਜੀ ਮਿਹਨਤ ਕੀਤੀ ਲੱਗਦੀ ਹੈ ਜਾਂ ਉਦਾਂ ਕਿਤੇ ਜਾਨਾ ਹਰ ਬੰਦਾ ਯਾਤਰਾ ਹੀ ਕਹਿੰਦਾ ਵੀ ਪਾਜੀ ਮਿਹਨਤ ਬਹੁਤ ਕੀਤੀ ਤੁਸੀਂ ਸੋ ਮੇਰਾ ਉਹਨਾਂ ਨੂੰ ਇਹੀ ਜਵਾਬ ਹੁੰਦਾ ਵੀ ਪਾਜੀ ਮੈਂ ਕਦੀ ਜ਼ਿੰਦਗੀ 'ਚ ਮਿਹਨਤ ਕੀਤੀ ਨਹੀਂ ਮੈਂ ਤਾਂ ਇਸ ਚੀਜ਼ ਨੂੰ ਇੰਜੋਏ ਕੀਤਾ ਵਾ ਮੈਨੂੰ ਨਹੀਂ ਪਤਾ ਲੱਗਾ ਵੀ ਕਦੋਂ ਮੇਰੀ ਇੰਨੀ ਬਾਡੀ ਬਣ ਗਈ ਮੇਰੀ ਇਦਾਂ ਦੀ ਲੁੱਕ ਬਣ ਗਈ ਕਦੋਂ ਇਹ ਚੀਜ਼ ਹੋ ਗਈ ਸੋ ਮੈਂ ਇਹ ਚੀਜ਼ ਨੂੰ ਹਮੇਸ਼ਾ ਇੰਜੋਏ ਕੀਤਾ ਵਾ ਤੇ ਜੇ ਤੁਸੀਂ ਵੀ ਕੋਈ ਕੰਮ ਕਰ ਰਹੇ ਹੋ ਤੁਸੀਂ ਉਹਨੂੰ ਕਦੀ ਵੀ ਮਿਹਨਤਰੇ ਤਰੀਕੇ ਨਾਲ ਨਾ ਦੇਖੋ ਜੇ ਤੁਸੀਂ ਉਹਨੂੰ ਮਿਹਨਤ ਦੇਖੂਗੇ ਨਾ ਤੇ ਮਿਹਨਤ ਜ਼ਿਆਦਾ ਨਹੀਂ ਕਰ ਹੁੰਦੀ ਹੁਣ ਮੈਂ ਜਿਮ 'ਚ 4 ਤੋਂ 5 ਘੰਟੇ ਲਾ ਦਿੰਦਾ ਕਦੀ ਕਦੀ ਮੇਰਾ ਮੂਡ ਹੁੰਦਾ ਈਵਨ ਕਿ ਮੈਂ ਆਪਣੇ ਲਾਈਫ ਦੇ ਵਿੱਚ ਇੱਕ ਵਰਕਆਊਟ ਕੀਤਾ ਸੀ ਜਿਹੜਾ ਫੋਰਨ ਦਾ ਇੱਕ ਹੈਗਾ ਰਿਚ ਪੈਨਾ ਉਹ ਬਾਡੀ ਬਿਲਡਰ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਫਿਲਹਾਲ ਇਹ ਕਿਹਾ ਤੇ ਉਹਨਾਂ ਨੂੰ ਬਹੁਤ ਨੋਲੇਜ ਥੀ ਉਹਨਾਂ ਦਾ ਇੱਕ ਪਲਾਨ ਸੀਗਾ 8 ਘੰਟੇ ਲਗਾਤਾਰ ਵਰਕਆਊਟ ਕਰਨ ਦਾ ਸੋ ਮੈਂ 8 ਘੰਟੇ ਵੀ ਲਗਾਤਾਰ ਵਰਕਆਊਟ ਕੀਤਾ ਹੋਇਆ ਵਾ ਬਾਈ ਜੀ ਸ਼ੌਕ ਕਿਵੇਂ ਪਿਆ ਤੁਹਾਨੂੰ ਹਰ ਕਿਸੇ ਦੇ ਸ਼ੌਕ ਕਿਵੇਂ ਆਹ ਕਹਾ ਦਾ ਰੈਸਲਿੰਗ ਦਾ ਤੁਸੀਂ ਪੁੱਛ ਰਹੇ ਹੋ ਹਾਂਜੀ ਹਾਂਜੀ ਰੈਸਲਿੰਗ ਦਾ ਰੈਸਲਿੰਗ ਉਹ ਦੇਖੋ ਇਦਾਂ ਨੇ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਉਹ ਰੈਸਲਿੰਗ ਦੇ ਬਹੁਤ ਵੱਡੇ ਫੈਨ ਹੈਗੇ ਆ ਤੇ ਜਦੋਂ ਮੇਰੇ ਮੇਰੇ ਬਰਤ ਤੋਂ ਪਹਿਲਾਂ ਆਈਵਨ ਕੀ ਉਦੋਂ ਵੀ ਸੀਰ ਹੁੰਦੇ ਸੀ ਉਦੋਂ ਆਹ ਦੇਖਦੇ ਹੁੰਦੇ ਸੀਗੇ ਉਹ ਰੈਸਲਿੰਗ ਉੱਥੇ ਤੇ ਉਦੋਂ ਉਹਨਾਂ ਨੇ ਰੈਸਲਿੰਗ ਦੇਖਣੀ ਫੇਰ ਮੇਰੇ ਵੱਡੇ ਬ੍ਰਦਰ ਨੇ ਵੀ ਦੇਖਣੀ ਫੇਰ ਜਦੋਂ ਮੇਰਾ ਬਰਥ ਹੋਇਆ ਮੈਂ ਵੀ ਜਦੋਂ ਟੀਵੀ ਦੇਖਣਾ ਸ਼ੁਰੂ ਕੀਤਾ ਮੈਨੂੰ ਵੀ ਉਹ ਨਾਲ ਰੈਸਲਿੰਗ ਹੀ ਦਿਖਾਉਂਦੇ ਸੀਗੇ ਸੋ ਉਹਨਾਂ ਨੂੰ ਦੇਖ-ਦੇਖ ਕੇ ਮੈਨੂੰ ਵੀ ਉਹ ਚੀਜ਼ ਨਾਲ ਵਧੀਆ ਲੱਗਣੀ ਸ਼ੁਰੂ ਹੋ ਗਈ ਸੋ ਮੈਂ ਉਦੋਂ ਤੋਂ ਹੀ ਇਹ ਚੀਜ਼ ਸੋਚੀ ਸੀ ਵੀ ਮੈਂ ਰੈਸਲਿੰਗ ਦੇ ਵਿੱਚ ਹੀ ਜਾਣਾ ਵਾਂ ਤੇ ਇਹਦੇ ਵਿੱਚ ਹੀ ਆਪਣਾ ਨਾਮ ਬਣਾਉਣਾ ਵਾਂ ਤੇ ਉਦੋਂ ਕੋਈ ਇੰਨਾ ਪਲੇਟਫਾਰਮ ਹੈਗਾ ਨਹੀਂ ਸੀਗਾ ਤੇ ਫੇਰ ਮੈਂ ਜਦੋਂ ਕਾਲਜ ਪੜਦਾ ਰਿਹਾ ਖਾਲਸਾ ਕਾਲਜ ਉੱਥੇ ਮੈਂ ਜਦੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਫੇਰ ਉੱਥੇ ਮੈਂ ਨਾਲ ਪਾਵਰ ਲਿਫਟਿੰਗ ਸੋ ਪਾਵਰ ਲਿਫਟਿੰਗ ਦਾ ਨੈਸ਼ਨਲ ਲੈਵਲ ਦਾ ਪਲੇਅਰ ਰਹਿ ਚੁੱਕਿਆ ਹਾਂ ਮੈਂ ਸੋ ਪਾਵਰ ਲਿਫਟਿੰਗ ਦੀ ਕੋਈ ਚੀਜ਼ਾਂ ਮਨੇ ਇੱਥੇ ਮੇਰੇ ਮਦਦ ਵੀ ਕਰਦੀਆਂ ਜੋ ਰੋਜ਼ ਇਹ ਬੰਦਿਆਂ ਨੂੰ ਮੋੜਿਆ ਚੱਕ ਲਈਦਾ ਵਾ ਸਕੁਆਇਰ ਡੈੱਡਲਿਫਟ ਵਗੈਰਾ ਆਪਾਂ ਲਾਈ ਦੀ ਸੀਗੀ ਸੋਰੀ ਚੀਜ਼ਾਂ ਵੀ ਮੈਨੂੰ ਕਾਫੀ ਹੈਲਪ ਹੋਈ ਹੈ ਸੋ ਇਹ ਸਾਰੀ ਚੀਜ਼ਾਂ ਮਿਲਾ ਕੇ ਅੱਜ ਮੈਂ ਹੁਣ ਇਸ ਲੈਵਲ ਤੇ ਪਹੁੰਚਿਆ ਹਾਂ ਮੇਨ ਪਿੱਛੇ ਮੇਰੇ ਫਾਦਰ ਸਾਹਿਬ ਮੇਰੀ ਫੈਮਲੀ ਹੈਗੀ ਹੈ ਜਿਨ੍ਹਾਂ ਤੋਂ ਮੈਨੂੰ ਇਹ ਸ਼ੌਂਕ ਮਿਲਿਆ ਤੇ ਭਾਈ ਜੀ ਬੜੇ ਟੈਟੂ ਵਗੈਰਾ ਵੀ ਤੁਸੀਂ ਡੋਲਿਆਂ ਤੇ ਬਣਵਾਏ ਪਏ ਨੇ ਮਾੜਾ ਜੀ ਸਾਡੇ ਦਰਸ਼ਕਾਂ ਨੂੰ ਦ ਇਕ ਅੱਲਾ ਕਿੰਗ ਨੀਗਾ ਇੱਕ ਕਿੰਗ ਰਾਜਾ ਵਾ ਦੇਖੋ ਸ਼ੇਰ ਜੰਗਲ ਚ ਬਹੁਤ ਹੁੰਦੇ ਆ ਇੱਕ ਰਾਜਾ ਇੱਕੋ ਹੀ ਹੁੰਦਾ ਵਾ ਤੇ ਸੋ ਇਹ ਰਾਜਾ ਵਾ ਤੁਸੀਂ ਵੀ WWE ਦੇ ਵਿੱਚ ਰਾਜਾ ਬਣੋਗੇ ਕਿੰਗ ਬਣੋ ਹਾਂਜੀ ਬਿਲਕੁਲ 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 ਇੰਡੀਆ ਦੇ ਵਿੱਚ ਵੀ ਕਿੰਗ ਆ ਮੇਰੇ ਕੋਲ ਪਲੱਸ ਜਿਹੜਾ ਟਾਈਟਲ ਹੈਗਾ ਵਾ ਵਰਲਡ ਹੈਵੀवेट ਚੈਂਪੀਅਨ ਦਾ ਇੰਡੀਆ ਚ ਹੁਣੇ ਰੀਸੈਂਟਲੀ ਸ਼ੋ ਹੋਇਆ ਸੀ ਉਰੇ ਚ ਮੈਂ ਵਰਲਡ ਟਾਈਟਲ ਜਿੱਤਿਆ ਹੋਇਆ ਵਾ ਮੇਰੇ ਕੋਲ ਬੈਲਟ ਹੈਗੀ ਐ ਸੋ ਸਭ ਤੋਂ ਪਹਿਲਾਂ ਲਾਇਨ ਆ ਜਾਂਦਾ ਵਾ ਲਾਇਨ ਦੀ ਕੁਆਲਿਟੀਜ਼ ਬਹੁਤ ਜ਼ਿਆਦੀਆਂ ਐ ਕਿਸੇ ਕੋ ਡਰਦਾ ਨਹੀਂਗਾ ਜਿੱਥੇ ਆਂਦਾ ਵਾ ਛੋਟੇ ਮੋੜੇ ਬੰ ਕਿ ਗਾ ਸੋ ਇਹਦੇ ਤੋਂ ਮੈਨੂੰ ਬਹੁਤ ਕਾਚ ਮੋਟੀਵੇਸ਼ਨ ਮਿਲਦੀ ਹੈ ਫਿਰ ਥੱਲੇ ਈਗਲ ਆ ਜਾਂਦਾ ਹੈ ਈਗਲ ਦਾ ਦੇਖੋ ਫੋਕਸ ਬਹੁਤ ਜ਼ਬਰਦਸਤ ਹੁੰਦਾ ਸਾਡੀ ਗੇਮ ਦੇ ਵਿੱਚ ਫੋਕਸ ਹੋਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿਮ ਦੇ ਵਿੱਚ ਫੋਕਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਧਿਆਨ ਭਟਕਾਉਣ ਲਈ ਬਹੁਤ ਚੀਜ਼ਾਂ ਹੁੰਦੀਆਂ ਬੰਦੇ ਦਾ ਧਿਆਨ ਭਟਕ ਜਾਂਦਾ ਸੋ ਈਗਲ ਤੋਂ ਮੈਨੂੰ ਫੋਕਸ ਮਿਲਦਾ ਈਗਲ ਦੇ ਵਿੱਚ ਕੀ ਖਾਸ ਗੱਲ ਹੁੰਦੀ ਹੈ ਈਗਲ ਉੱਪਰੋਂ 2-3 ਕਿਲੋਮੀਟਰ ਤੋਂ ਹੀ ਜਦੋਂ ਆਪਣਾ ਸ਼ਿਕਾਰ ਦੇਖ ਲੈਂਦਾ ਨਾ ਤੇ ਉਹਨੂੰ ਫੜ ਕੇ ਸੌ ਲੈਂਦਾ ਉਹਦਾ ਫੋਕਸ ਬਹੁਤ ਜ਼ਬਰਦਸਤ ਹੁੰਦਾ ਫਿਰ ਥੱਲੇ ਖੋਰ ਟੈ ਚਾਸ ਦੇ ਵਿੱਚ ਬਲੈਕ ਦੇਖੋ ਮੈਂ ਜ਼ਿਆਦਾ ਬਲੈਕ ਕਪੜੇ ਪਾਣਾ ਇਸ ਕਰਕੇ ਇਹਨੂੰ ਮੈਂ ਬਲੈਕ ਰੱਖਿਆ ਜਿਹੜਾ ਕਿੰਗ ਆ ਤੇ ਇਹ ਵਾਈਟ ਕਿੰਗ ਤੇ ਕੁਇਨ ਹੈਗੇ ਆ ਇਹਨਾਂ ਦਾ ਰੀਜ਼ਨ ਕੀ ਹੈ ਮੇਰੇ ਪੈਰਾਂ 'ਚ ਕਿਉਂ ਆ ਇਹਨਾਂ ਦਾ ਰੀਜ਼ਨ ਇਹ ਆ ਵੀ ਜੇ ਬੰਦਾ ਕੋਈ ਵੀ ਮੇਨਾ ਕੌਂਟਰੋਵਰਸੀ ਕਰੇਗਾ ਜਾਂ ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕਰੇਗਾ ਰਿੰਗ 'ਚ ਹੋਏਗਾ ਜਾਂ ਬਾਹਰ ਕਰੇਗਾ ਉਹ ਮੇਰੇ ਪੈਰਾਂ 'ਚ ਪਏਗਾ ਤੇ ਉਹਨੂੰ ਮੈਂ ਪਵਾ ਕੇ ਰਵਾਂਗਾ ਸੋ ਇਹ ਚੀਜ਼ ਮੈਨੂੰ ਹਮੇਸ਼ਾ ਇਹ ਸਾਰੀ ਚੀਜ਼ਾਂ ਦਾ ਯਾਦ ਦਿਵਾਉਂਦੀਆਂ ਵਾਂ ਵੀ ਮੈਂ ਲਾਈਫ 'ਚ ਕੀ ਕਰਨਾ ਤੇ ਮੇਰੇ ਗੋਲਸ ਕੀ ਆ ਪਲੱਸ ਜਿਹੜਾ ਇਧਰਲਾ ਡੈਡੂ ਆ ਇਹ ਇੱਕ ਵਾਰ ਆ ਯੋਧੇ ਫਾਈਟ ਕਰਨ ਜਾਂਦੇ ਸੀ ਸੋ ਲੋਹੇ ਦਾ ਕਵਚ ਪਾਇਆ ਹੁੰਦਾ ਸੀ ਸੋ ਇਹ ਕਵਚ ਆ ਤੇ ਬਾਕੀ ਇਹ ਤੇ ਖੰਡਾ ਬਣਾਇਆ ਹੋਇਆ ਜਿਹੜਾ ਸਾਡੇ ਧਰਮ ਨੂੰ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਬਾਈ ਜੀ ਸਿੱਖੀ ਰੈਸਲਿੰਗ ਦੇ ਨਾਮ ਨਾਲ ਜਿਸ ਤਰ੍ਹਾਂ ਤੁਸੀਂ ਦੱਸਦੇ ਬੋਡੀ ਦੇ ਨਾਮ ਨਾਲ ਤੁਸੀਂ ਸਿੱਖੀ ਸਰੂਪ ਵੀ ਸਾਂਭਿਆ ਪਿਆ ਹਾਂ ਹਾਂਜੀ ਹਾਂਜੀ ਬਿਲਕੁਲ ਸੋ ਮੈਂ ਮੇਰੀ ਕੋਸ਼ਿਸ਼ ਇਹੀ ਹੈ ਜੀ ਆਪਾਂ ਕੁਝ ਡਿਫਰੈਂਟ ਕਰਨਾ ਵਾ ਇਹ ਕੋਈ ਮੈਂ ਕਿਸੇ ਦਬਾਅ 'ਚ ਜਾਂ ਕਿਸੇ ਉਦਾਂ ਨਹੀਂ ਮੈਂ ਕਰ ਰਿਹਾ ਵੀ ਮੈਨੂੰ ਕਿਹਾ ਗਿਆ ਇਹ ਮੇਰਾ ਆਪਣਾ ਇੰਟਰਸਟ ਹੈ ਵੀ ਮੈਂ ਇਹ ਚੀਜ਼ ਨੂੰ ਕਰਨਾ ਚਾਹਨਾ ਵਾਂ ਸੋ ਜਿਹੜਾ ਸਿੱਕੀ ਸਰੂਪ ਹੈ ਮੈਂ ਕਿਸੇ ਦਬਾਹ ਹੇਟ ਦੇ ਦਾ ਲੋਕੀ ਕਹੀ ਕਹਿੰਦੇ ਆ ਜੀ ਨਹੀਂ ਸਾਨੂੰ ਘਰਦਿਆਂ ਵੱਲੋਂ ਕਿਹਾ ਗਿਆ ਜਾਂ ਕੀਤਾ ਗਿਆ ਇਹ ਮੇਰੀ ਆਪਣੀ ਮਰਜ਼ੀ ਹੈ ਕਿ ਮੈਂ ਇਸ ਚੀਜ਼ ਨੂੰ ਨਾਲ ਆਪਣੇ ਲੈ ਕੇ ਆਪਣੇ ਦੇਸ਼ ਆਪਣੇ ਪੰਜਾਬ ਦਾ ਤੇ ਆਪਣੇ ਧਰਮ ਦਾ ਨਾਮ ਰੋਸ਼ਨ ਕਰਨਾ ਹੈ ਕਪਲ ਸ਼ਰਮਾ ਦੇ ਵੀ ਸ਼ੋਅ ਦੇ ਵਿੱਚ ਗਏ ਹੋ ਕਿੰਨਾ ਕਮਾਨ ਮਹਿਸੂਸ ਹੋਇਆ ਜਦੋਂ ਤੁਹਾਨੂੰ ਕਪਲ ਸ਼ਰਮਾ ਜੀ ਮਿਲੇ ਸੀ ਜਦੋਂ ਸੁਪਰ ਖਾਲਸਾ ਜੀ ਦੇ ਨਾਮ ਤੋਂ ਤੁਹਾਨੂੰ ਦੇਖੋ ਜਦੋਂ ਕਪਿਲ ਭੱਲ ਜੀ ਨੂੰ ਮੈਂ ਮਿਲਿਆ ਨਾ ਤੇ ਬਹੁਤ ਹੀ ਇੱਕ ਵਧੀਆ ਬੰਦੇ ਮੈਨੂੰ ਫੀਲ ਹੋਏ ਜਦੋਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਈਵਨ ਕਿ ਜਦੋਂ ਮੈਂ ਉੱਥੇ ਫਿਲਮ ਸਿਟੀ ਚ ਐਂਟਰ ਹੋਇਆ ਨਾ ਫਿਲਮ ਸਿਟੀ ਦੇ ਵਿੱਚ ਨਾ ਬਾਹਰ ਹੀ ਸਿਕਿਉਰਟੀ ਹੁੰਦੀ ਹੈ ਅੰਦਰ ਨਹੀਂ ਸਿਕਿਉਰਟੀ ਹੁੰਦੀ ਨੀਗੀ ਜੋ ਨਾ ਮੈਂ ਉੱਥੇ ਐਂਟਰੀ ਕੀਤੀ ਤੇ ਉਹਨਾਂ ਦੇ ਮੈਂ ਸਾਈਡ ਤੇ ਗਿਆ ਤੇ ਮੈਨੂੰ ਹੁਣਾ ਵੀ ਯਾਰ ਉਹ ਬੜੀ ਉੱਥੇ ਸਿਕਿਉਰਿਟੀ ਹੋਊਗੀ ਕਪਿਲ ਬਾਜੀ ਹੋਣਗੇ ਨਾਲ ਸਿਕਿਉਰਿਟੀ ਹੋਊਗੀ ਉਹਨਾਂ ਦੇ ਸੋ ਮੈਂ ਇੱਥੇ ਖੜਾ ਮੈਂ ਉਹਨਾਂ ਦੀ ਗੱਲ ਕਰਦਾ ਅਗਰ ਤਾਂ ਆਪਣੇ ਦੋਸਤ ਉਹ ਉੱਧਰ ਦੇਖਿਆ ਤੇ ਉੱਧਰ ਸਾਰੇ ਹੀ ਉਹਨਾਂ ਦੇ ਬੰਦੇ ਖੜੇ ਹੋਏ ਸੀ ਕਪਿਲ ਬਾਜੀ ਸੀਗੇ ਹੋਰ ਵੀ ਸੀਗੇ ਸਿੱਧੂ ਸਰ ਸੀਗੇ ਨਵਜੋਤ ਸਿੰਘ ਸਿੱਧੂ ਹੁਣੀ ਸੋ ਮੈਂ ਇੱਕਦਮ ਉਹਨਾਂ ਨੂੰ ਦੇਖ ਕੇ ਸ਼ੌਕ ਰਹਿ ਗਿਆ ਵੀ ਯਾਰ ਇਹ ਤਾਂ ਇੱਥੇ ਸਾਹਮਣੇ ਹੀ ਖੜੇ ਆ ਮੈਂ ਸੋਚਦਾ ਸੀ ਵੀ ਇਹ ਆਪਣੇ ਵੈਨਿਟੀ 'ਚ ਹੋਣਗੇ ਕਿ ਭਾਜੀ ਨੇ ਮੈਨੂੰ ਬੁਲਾਇਆ ਮੈਂ ਉਹਨਾਂ ਨੂੰ ਮਿਲਿਆ ਜਾ ਕੇ ਸੋ ਉਹਨਾਂ ਨੇ ਗੱਲਬਾਤ ਆਪਾਂ ਕੀਤੀ ਮੈਂ ਭਾਜੀ ਨੂੰ ਕਿਹਾ ਵੀ ਤੁਸੀਂ ਤੁਸੀਂ ਵੀ ਪੰਜਾਬ ਤੋਂ ਅੰਮ੍ਰਿਤਸਰ ਤੋਂ ਸੋ ਉਹਨਾਂ ਨੇ ਵੀ ਮੈਨੂੰ ਦੱਸਿਆ ਵੀ ਕਿਦਾਂ ਆਪਣੀ ਉਹਨਾਂ ਨੇ ਸ਼ੇਅਰ ਕੀਤੀ ਵੀ ਮੈਂ ਕਿਦਾਂ ਇੱਥੇ ਤੱਕ ਪਹੁੰਚਿਆ ਮੈਨੂੰ ਮੋਟੀਵੇਟ ਕੀਤਾ ਫਿਰ ਉਹਨਾਂ ਨੇ ਮੈਨੂੰ ਵੀ ਪੁੱਛਿਆ ਤੁਸੀਂ ਕਿਦਾਂ ਦੀ ਰਸਲਿੰਗ ਕਰਦੇ ਹੋ ਫ੍ਰੀ ਸਟਾਈਲ ਹੈ ਜਿਹੜਾ ਤੁਹਾਡੇ ਕੁਐਸ਼ਨ ਅੱਦਾਂ ਉਹਨਾਂ ਦੇ ਕੁਐਸ਼ਨ ਸੀਗੇ ਫਿਰ इवन ਕਿ ਜਦੋਂ ਸ਼ੋਅ ਚੱਲ ਰਿਹਾ ਸੀਗਾ ਨਵਜੋਤ ਸਿੰਘ ਸਿੱਧੂ ਸਰ ਨੇ ਮੈਨੂੰ ਸਪੈਸ਼ਲੀ ਮੈਨੂੰ ਬੜੇ ਕੁਐਸ਼ਨ ਪੁੱਛੇ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਸ਼ੋਅ ਤੋਂ ਬਾਅਦ ਵੀ ਮੈਨੂੰ ਉਹ ਮਿਲੇ ਮੈਂ ਜਦੋਂ ਵਾਪਸ ਜਾ ਰਿਹਾ ਸੀ ਵੈਨਿਟੀਜ਼ ਤੋਂ ਸਪੈਸ਼ਲੀ ਬਾਹਰ ਆਏ ਮੈਨੂੰ ਮਿਲੇ ਮੈਨੂੰ ਬੜਾ ਉਹਨਾਂ ਨੇ ਐਪਰੀਸ਼ੀ ਉਦੋਂ ਮੈਂ ਟ੍ਰੇਨਿੰਗ ਸਟਾਰਟ ਕੀਤੀ ਸੀ ਕਿਉਂਕਿ ਉਹ ਟਾਈਮ ਤੇ ਉਦੋਂ ਮੈਨੂੰ ਸਾਲਕ ਹੋਇਆ ਸੀਗਾ ਹੁਣ ਮੈਨੂੰ ਤੁਸੀਂ ਲਗਾ ਲਓ 4-5 ਸਾਲ ਹੋ ਚੁਕੇ ਹੋਏ ਰੈਸਲਿੰਗ ਕਰਦੇ ਬਾਈ ਜੀ ਸੁਪਰ ਖਾਲਸਾ ਨਾਮ ਕਿਵੇਂ ਪਿਆ ਸੁਪਰ ਖਾਲਸਾ ਨਾਮ ਦਾ ਦੇਖੋ ਇਹਦੇ ਪਿੱਛੇ ਬਹੁਤ ਬਹੁਤ ਬੰਦਿਆਂ ਦੀ ਸੋਚ ਹੈਗੀ ਆ ਇਹ ਮੈਨੂੰ ਮੇਰੇ ਘਰ ਦੇ ਨਾਲ ਵੀ ਸੁਜੈਸਟ ਕੀਤਾ ਗ੍ਰੇਡ ਖਲੀ ਨੇ ਵੀ ਸੁਜੈਸਟ ਕੀਤਾ ਬਹੁਤ ਸਾਰੇ ਰੈਸਲਰਾਂ ਨੇ ਵੀ ਕਿਹਾ ਵੀ ਤੁਹਾਨੂੰ ਇੱਕ ਡਿਫਰੈਂਟ ਨਾਮ ਚਾਹੀਦਾ ਵਾ ਜੇ ਤੁਸੀਂ ਰਿੰਗ ਦੇ ਵਿੱਚ ਜਾਓਗੇ ਕੁਝ ਡਿਫਰੈਂਟ ਚੀਜ਼ ਲੈ ਕੇ ਆਓ ਕਿਉਂਕਿ ਇੱਕ ਇਹ ਰਿੰਗ ਨੇਮ ਹੁੰਦਾ ਵਾ ਤੁਹਾਨੂੰ ਰਿੰਗ ਨੇਮ ਦੇ ਤੂੰ ਥਰੂ ਬੁਲਾਇ ਸਾਰਿਆਂ ਦੀ ਹੀ ਸੁਜੈਸ਼ਨਸ ਇਹਦੇ ਪਿੱਛੇ ਸੋ ਮੈਨੂੰ ਵੀ ਲੱਗਾ ਵੀ ਯਾਰ ਕੋਈ ਇਦਾਂ ਦਾ ਨਾਮ ਹੋਣਾ ਚਾਹੀਦਾ ਵਾ ਜਿਹੜਾ ਇੱਕ ਡਿਫਰੈਂਟ ਹੋਵੇ ਜਿਹੜੋ ਸਾਨੂੰ ਜਿਸ ਨਾਮ ਨਾਲ ਬੁਲਾਇਆ ਜਾਵੇ ਤੇ ਉਹਦੇ ਤੇ ਅਸੀਂ ਆਪਣੇ ਪੰਜਾਬ ਦਾ ਤੇ ਆਪਣੇ ਦੇਸ਼ ਨੂੰ ਨਾਲ ਰਿਪਰੈਜ਼ੈਂਟ ਵੀ ਕਰੀਏ। ਭਾਈ ਜੀ ਖੁਰਾਕ ਕੀ ਹੈ ਤੁਹਾਡੀ? ਬੜਾ ਸੋਹਣਾ ਸ਼ਰੀਰ ਹੈ ਤੁਹਾਡਾ। ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਖੁਰਾਕ ਕੀ ਹੈ ਤੁਹਾਡਾ? ਡਾਈਟ ਦੇਖੋ ਮੈਂ ਜ਼ਿਆਦਾ ਨੈਚੁਰਲ ਦੇ ਵੈਜੀਟੇਰੀਅਨ ਡਾਈਟ ਤੇ ਭਰੋਸਾ ਰੱਖਦਾ। ਕਿਸੇ ਜਾਨਵਰ ਨੂੰ ਮਾਰਨਾ ਮੈਨੂੰ ਆਪ ਨੂੰ ਪਸੰਦ ਨਹੀਂਗਾ। ਵੀ ਐਵੇਂ ਅਸੀਂ ਆਪਣਾ ਪ੍ਰੋਟੀਨ ਸੋਰਸ ਕਰਨ ਲਈ ਕੋਈ ਜਾਨਵਰ ਵਿਚਾਰਾ ਬੈਠਾ ਹੋਇਆ ਵਾ ਉਹਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਪਈ ਨੇ ਉਹਨੂੰ ਚੱਕ ਕੇ ਉਹਨੂੰ ਮਾਰ ਦੇਣਾ। ਸੋ ਮੈਨੂੰ ਇਦਾਂ ਚੀਜ਼ਾਂ ਪਸੰਦ ਨਹੀਂ ਗਈਆਂ। ਇਹ ਸਾਰੇ ਨੌਲੇਜ ਦੀ ਗੇਮ ਹੈਗੀ ਐ। ਜਿੰਨੇ ਵੀ ਲੋਕ ਹੈਗੇ ਆ ਜੋ ਗੱਲਾਂ ਕਰਦੇ ਆ ਕਦੀ ਉਸ ਚੀਜ਼ ਨਹੀਂ ਗਿਆ ਕਿਉਂਕਿ ਮੈਨੂੰ ਪਤਾ ਵਾ ਇਹਦੇ ਵਿੱਚ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਕਿੰਨਾ ਪ੍ਰੋਟੀਨ ਚਾਹੀਦਾ ਵਾ ਕਿੰਨਾ ਨਹੀਂ ਚਾਹੀਦਾ ਤੁਹਾਨੂੰ ਕਿਦਾਂ ਦੀ ਲੁੱਕ ਚਾਹੀਦੀ ਉਹਨਾਂ ਦੇ ਲੁੱਕ ਲਈ ਕਿੰਨੇ ਪ੍ਰੋਟੀਨ ਦੀ ਲੋੜ ਆ ਹੁਣ ਜਿਹੜੀ ਮੇਰੀ ਲੁੱਕ ਹੈਗੀ ਆਪਾਂ ਰੈਸਲਿੰਗ ਦੇ ਵਿੱਚ ਨਾ ਬੋਡੀ ਨੂੰ ਹਾਰਡ ਨਹੀਂ ਕਰੀਦਾ ਹੁਣ ਜਿਹੜਾ ਮੇਰਾ ਮਸਲ ਆ ਨਾ ਜਿਹਨੂੰ ਮੈਂ ਟਾਈਟ ਕੀਤਾ ਹੋਇਆ ਵਾ ਇਹ ਹਾਰਡ ਆ ਹੁਣੇ ਫਿਰ ਜਦੋਂ ਇਹਨਾਂ ਵਿੱਚ ਢਿੱਲਾ ਛੱਡਾਂਗਾ ਲੂਸ ਕਰ ਦਿਆਂਗਾ ਸੋ ਇਹ ਸੌਫਟ ਹੋ ਜਾਂਦਾ ਜਦੋਂ ਆਪਾਂ ਫਾਈਟ ਕਰੀਦੀ ਨਾ ਜਦੋਂ ਆਪਾਂ ਡਿੱਗੀ ਦਾ 10 ਫੁੱਟ ਤੋਂ ਆਪਾਂ ਆਪਣੀ ਬੋਡੀ ਨੂੰ ਢਿੱਲਾ ਛ 10 ਫੁੱਟ ਤੋਂ ਉੱਪਰ ਕੋਈ ਚੀਜ਼ ਹਾਰਡ ਸੱਟੂਗੇ ਨਾ ਤੇ ਉਹ ਥੋੜਾ ਜਿੜੋ ਡਿਗਦੀ ਆ ਤੇ ਉਹ ਬਹੁਤ ਜ਼ਿਆਦਾ ਸਾਊਂਡ ਕਰਦੀ ਆ ਜਦੋਂ ਉਹ ਸੌਫਟ ਹੁੰਦੀ ਆ ਤੇ ਜਿਹੜਾ ਪ੍ਰੈਸ਼ਰ ਜਿਹੜਾ ਉਹਦਾ ਉਹ ਸੋਖ ਹੋ ਜਾਂਦਾ ਸੋ ਅਸੀਂ ਬੋਡੀ ਨੂੰ ਇਸ ਤਰੀਕੇ ਨਾਲ ਬਣਾਇਆ ਹੁੰਦਾ ਵੀ ਸਾਨੂੰ ਇੰਨੀ ਜ਼ਿਆਦਾ ਪ੍ਰੋਟੀਨ ਦੀ ਲੋੜ ਵੀ ਨਹੀਂ ਗਈ ਨਾ ਸਾਨੂੰ ਸਟੀਰੋਇਡ ਦੀ ਲੋੜ ਪੈਂਦੀ ਆ ਅਸੀਂ ਨੈਚੁਰਲ ਤੇ ਵੈਜੀਟੇਰੀਅਨ ਡਾਈਟ ਦੇ ਨਾਲ ਇਸ ਗੇਮ ਨੂੰ ਬਹੁਤ-ਬਹੁਤ ਹੀ ਤਰੀਕਿਆਂ ਨਾਲ ਕਰ ਸਕਦੇ ਆਂ। ਭਾਈ ਜੀ ਫੈਮਿਲੀ سپورਟ ਕਿਹੋ ਜਿਹਾ ਤੁਹਾਡਾ? ਫੈਮਿਲੀ سپورਟ ਤੁਹਾਨੂੰ ਮੈਂ ਦੱਸਿਆ ਸ਼ੁਰੂ ਤੋਂ ਹੀ ਮੇਰੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀ ਇਸ ਚੀਜ਼ ਦਾ ਤੇ ਈਵਨ ਕਿ ਜਦੋਂ ਮੈਂ ਜਿਮ ਸ਼ੁਰੂ ਕੀਤਾ ਮੈਂ 10-11 ਸਾਲ ਦੀ ਏਜ ਦੇ ਵਿੱਚ ਹੀ ਜਿਮ ਸ਼ੁਰੂ ਕਰ ਦਿੱਤਾ ਸੀ। ਤੇ 10-11 ਸਾਲ ਦੀ ਏਜ ਦੇ ਵਿੱਚ ਤੋਂ ਪਹਿਲਾਂ ਵੀ ਮੈਨੂੰ ਜਿਹੜੇ ਮੇਰੇ ਫਾਦਰ ਨੇ ਮੈਨੂੰ ਕੁਝ weight ਖੁਦ ਬਾਈ ਕਰਕੇ ਦੇ ਉੱਤੇ ਸੀ ਕਿਉਂਕਿ ਉਹਨਾਂ ਨੂੰ ਵੀ ਜਿਮ ਦਾ ਬਹੁਤ ਸ਼ੌਂਕ ਸੀਗਾ ਸੋ ਉਦੋਂ ਜਿਮਸ ਨੇ ਹੁੰਦੇ ਨਹੀਂ ਸੀਗੇ ਜਿਮ ਬੰਦ ਹੋ ਗਏ ਸੀ ਤੇ ਉਹਨਾਂ ਨੇ ਘਰ ਹੀ weight ਉਹਨਾਂ ਨੇ ਸ਼ੁਰੂ ਕੀਤਾ ਫਿਰ ਮੈਂ ਵੀ ਉਹਨਾਂ ਨੂੰ ਕਿਹਾ ਵੀ ਮੈਂ 4-5 ਸਾਲ ਦੀ ਐਜ ਵੀ ਮੈਨੂੰ ਵੀ ਇਹ ਚੀਜ਼ ਚਾਹੀਦੀ ਹੈਗੀ ਹੈ ਮੈਂ ਵੀ weight ਚੱਕਣਾ ਤੁਹਾਡੇ ਨਾਲ ਸੋ ਉਹਨਾਂ ਦੇ weight ਵੱਡੇ ਹੁੰਦੇ ਸੀਗੇ ਉਹ ਵੱਡੇ weight ਮੈਂ ਚੱਕ ਨਹੀਂ ਸਕਦਾ ਸੀ ਮੈਨੂੰ ਛੋਟੇ-ਛੋਟੇ weight ਉਹਨਾਂ ਨੇ ਲੈ ਕੇ ਦਿੱਤੇ 1-1 ਕਿਲੋ ਦੇ ਉਹਨਾਂ ਨਾਲ ਮੈਂ ਵਰਕਆਊਟ ਕਰਦਾ ਰਿਹਾ ਸਾਲ ਦੀ ਮਿਹਨਤ ਆ ਭਾਈ ਜੀ ਇਹ ਇਹ ਤੁਸੀਂ ਲਗਾ ਲਓ ਮੈਂ 10-11 ਸਾਲ ਦੀ ਉਮਰ ਦੇ ਵਿੱਚ ਜਿਮ ਸ਼ੁਰੂ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਕਾਲਜ ਗਿਆ ਉੱਥੇ ਵੀ ਮੈਂ ਗੇਮ ਕੀਤੀ ਫਿਰ ਉਸ ਤੋਂ ਬਾਅਦ ਮੈਂ ਰੈਸਲਿੰਗ ਵੀ ਕੀਤੀ ਤੇ ਤੁਸੀਂ ਲਗਾ ਲਓ ਵੀ ਮੈਨੂੰ ਜਿਹੜਾ ਰੈਸਲਿੰਗ ਦੇ ਵਿੱਚ ਮੈਨੂੰ 7 ਤੋਂ 8 ਸਾਲ ਹੋ ਚੁੱਕੇ ਹੋਏ ਆ ਕਰਦੇ ਹੋਏ ਰੈਸਲਿੰਗ ਜਦੋਂ WWE ਦੇ ਵਿੱਚ ਤੁਸੀਂ ਸਿਲੈਕਸ਼ਨ ਹੋਈ ਸੀ ਤੁਹਾਡੀ ਕਿੰਨੇ ਕੁ ਖੁਸ਼ੀ ਮਹਿਸੂਸ ਹੋ ਸੀ ਸਭ ਤੋਂ ਪਹਿਲੇ ਕਿਸ ਨੂੰ ਦੱਸਿਆ ਈ ਤੁਸੀਂ ਦੇਖੋ WWE ਦੇ ਫਿਲਹਾਲ ਮੈਂ ਟ੍ਰਾਈ ਆਊਟ ਦਿੱਤੇ ਆ ਬਾਇਓਡਸ ਦੇ ਵਿੱਚ ਮੈਨੂੰ ਬੁਲਾਇਆ ਗਿਆ ਸੀ ਪ੍ਰੋਪਰ ਤੇ ਪ੍ਰੋਪਰ ਸਾਰਾ ਕੁਝ ਉਹਨਾਂ ਨੇ ਚੈੱਕ ਕੀਤਾ ਸੀ ਫਿਰ ਉਹਨਾਂ ਨੇ ਮੈਨੂੰ ਸਪੈਸ਼ਲੀ ਬੁਲਾ ਕੇ ਕਿਹਾ ਸੀਗਾ ਵੀ ਅਸੀਂ ਇਸ ਤੋਂ ਬਾਅਦ ਸਾਡਾ ਵੀਜ਼ਾ ਪ੍ਰੋਸੈਸ ਹੁੰਦਾ ਵਾ ਉਹ ਅਸੀਂ ਪੂਰਾ ਕਰਾਂਗੇ ਜਿਉਂ ਤੁਹਾਡਾ ਵੀਜ਼ਾ ਪ੍ਰੋਪਰ ਲੱਗ ਜਾਏਗਾ ਫਿਰ ਅਸੀਂ ਕੰਟਰੈਕਟ ਸਾਈਨਿੰਗ ਕਰਵਾਵਾਂਗੇ ਕਿਉਂਕਿ ਯਾਦ ਰੱਖੋ ਦੇਖੋ ਅਮਰੀਕਾ ਦਾ ਵੀਜ਼ਾ ਬਹੁਤ ਡਿਫਿਕਲਟ ਹੁੰਦਾ ਵਾ ਕਈ ਵਾਰੀ ਕੁਝ ਬੰਦੇ ਦੇ ਕੁਝ ਕਈ ਬੰਦਿਆਂ ਦੇ ਕੇਸਸ ਹੁੰਦੇ ਕੁਝ ਹੁੰਦਾ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ ਸੋ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੂੰ ਇਹ ਸਾਰੀ ਚੀਜ਼ਾਂ ਕਲੀਅਰ ਹੈ ਮੈਂ ਕਿਹਾ ਮੈਂ ਪ੍ਰੋਪਰ ਕ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਪਹਿਲਾਂ ਹੀ ਕਰੋਨਾ ਆ ਗਿਆ ਸੋ ਕਰੋਨਾ ਕਰਕੇ ਮੇਰਾ ਵੀਜ਼ਾ ਪ੍ਰੋਸੈਸ ਰੁਕ ਗਿਆ ਅੰਬੈਸਡੀਆਂ ਬੰਦ ਹੋ ਗਈਆਂ ਫਿਰ ਹੁਣ ਉਸ ਤੋਂ ਬਾਅਦ ਅੰਬੈਸਡੀਆਂ ਹੌਲੀ ਹੌਲੀ ਸ਼ੁਰੂ ਹੋ ਰਹੀਆਂ ਵਾਂ ਸੋ ਉਹਦੇ ਵਿੱਚ ਕਰ ਕੀ ਹੋਇਆ ਵੀ ਕੁਝ ਡਬਲਯੂ ਡਬਲਯੂ ਦੇ ਜਿਹੜੇ ਸਿਲੈਕਟਰ ਸੀ ਨਾ ਉਹ ਕੰਪਨੀ ਛੱਡ ਗਏ ਸੋ ਹੁਣ ਇੱਕ ਮੈਨੂੰ ਲੱਗਦਾ ਵਾ ਵੀ ਜਦੋਂ ਹੁਣ ਡਬਲਯੂ ਜਦੋਂ ਵੀ ਇੰਡੀਆ ਆਂਦੀ ਹੈ ਉਰੇ ਚ ਮੈਨੂੰ ਜ਼ਰੂਰ ਬੁਲਾਣਗੇ ਤੇ ਮੈਂ ਉੱਥੇ ਮੇਰਾ ਜ਼ਰੂਰ ਹੋਏਗਾ ਕੀ ਚੈਲੈਂਜਰ ਕੈਨ ਨੂੰ ਮੰਨਦੇ ਹੋ ਆਪਣਾ ਤੁਸੀਂ WWE ਦੇ ਵੀ ਦੇਖੋ ਦੋ ਹੀ ਰੈਸਲਰ ਜਿਨ੍ਹਾਂ ਨੂੰ ਮੈਂ ਟੌਪ ਤੇ ਮੰਨਦਾ ਇੱਕ ਬ੍ਰੋਕਲੈਸਰ ਇੱਕ ਰੋਮਰ ਰੈਂਸਰ ਤੇ ਮੇਰੇ ਅਗਲੇ ਸ਼ਿਕਾਰ ਵੀ ਉਹੀ ਹੈ ਇੰਡੀਆ 'ਚ ਦੇਖੋ ਬਹੁਤ ਸਾਰੇ ਰੈਸਲਰਾਂ ਨੂੰ ਆਲਰੇਡੀ ਮੈਂ ਹਰਾ ਚੁੱਕਿਆ ਹੋਇਆ ਵਾਂ ਹੋਰ ਵੀ ਇੰਟਰਨੈਸ਼ਨਲ ਰੈਸਲਰਸ ਨਾਲ ਫਾਈਟ ਕਰ ਚੁੱਕਿਆ ਹੋਇਆ ਵਾਂ ਪਰ ਜਿਹੜੇ WWE ਰੈਸਲਰਸ ਹੁੰਦੇ ਆ ਇਹ WWE ਦੇ ਅੰਡਰ ਕੰਟਰੈਕਟ ਹੁੰਦੇ ਆ ਸੋ ਇਹ ਬਾਹਰ ਫਾਈਟ ਨਹੀਂ ਕਰ ਸਕਦੇ ਸੋ ਇਹਨਾਂ ਨਾਲ ਜੇ ਫਾਈਟ ਕਰਨੀ ਹੈ WWE ਦਾ ਕੰਟਰੈਕਟ ਲੈਣਾ ਪੈਣਾ ਸੋ ਜਿੱਦਾਂ ਹੀ ਮੈਨੂੰ WWE ਦਾ ਕੰਟਰੈਕਟ ਮਿਲਦਾ ਅਗਲੇ ਸ਼ਿਕਾਰ ਇਹ ਦੋਨੋਂ ਮੇਰੇ ਹੋ ਉੱਚ ਕੋਟੀ ਦੇ ਖਿਡਾਰੀ ਆ ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਬਰੋਕ ਰੈਸਲਰ ਦੀ ਰੋਮਰ ਰਿੰਗਸ ਤੇ ਕਿਉਂਕਿ ਮੈਂ ਰੋਮਰ ਰਿੰਗਸ ਦਾ ਵੀ ਖੁਦ ਵੀ ਫੈਨ ਆ ਮੈਂ ਕਿ ਤੁਹਾਨੂੰ ਲੱਗਦਾ ਤੁਸੀਂ ਹਰਾ ਪਾਉਂਗੇ ਮੈਂ ਤੁਹਾਨੂੰ ਇਹ ਗੱਲ ਯਕੀਨ ਨਾਲ ਕਹਿੰਦਾ ਆਉਣ ਵਾਲੇ ਟਾਈਮ ਤੇ ਜਦੋਂ ਮੈਂ ਰਿੰਗ 'ਚ ਹੋਵਾਂਗਾ ਦੋਨੋਂ ਬੈਲਟਾਂ ਰੋਮਰ ਰਿੰਗਸ ਦੀਆਂ ਮੇਰੇ ਹੱਥ 'ਚ ਹੋਣਗੀਆਂ ਤੇ ਉਹ ਮੇਰੇ ਪੈਰਾ ਥੱਲੇ ਹੋਏਗਾ ਇਸੇ ਦਿਨ ਦੀ ਹੀ ਤਾਂ ਮੈਂ ਤਿਆਰੀ ਕਰ ਰਿਹਾ ਮੈਂ ਜਦੋਂ ਰੈਸਲਿੰਗ ਸ਼ੁਰੂ ਕੀਤੀ ਸੀ ਮੈਂ ਡਬਲਯੂ ਡਬਲਯੂ 'ਚ ਜਾਣ ਲਈ ਹੀ ਕੀਤੀ ਸੀ ਤੁਸੀਂ ਹੁਣ ਇੱਕ ਚੀਜ਼ ਦੇ ਉੱਤੇ 7 ਤੋਂ 8 ਸਾਲ ਮਿਹਨਤ ਕੀਤੀ ਹੈ ਲਗਾਤਾਰ ਸੋ ਇੰਨੀ ਮ ਤੋਂ ਮੈਨੂੰ ਨਹੀਂ ਲੱਗਦਾ ਵੀ ਰੋਮਰ ਨੇ ਸਟਿਕ ਪਾਊਗਾ ਬਾਕੀ ਤੁਹਾਨੂੰ ਪੰਜਾਬੀਆਂ ਨੂੰ ਪਤਾ ਹੀ ਹੈ ਜਿਹੜੇ ਕਾਮ ਚ ਗਏ ਆ ਟੌਪ ਤੇ ਆਏ ਆ ਜਦੋਂ WWE ਜਾਣਗੇ ਉੱਚੇ ਟੌਪ ਤੇ ਆਣਗੇ ਅੰਟਰ ਟੇਗਰ ਦੀ ਵੀ ਜੇ ਮੈਂ ਗੱਲ ਕਰਾਂ ਕਾਫੀ ਪੁਰਾਣਾ ਵਾ ਟੌਪ ਤੇ ਆ ਵੀ ਅੰਟਰ ਟੇਗਰ ਕਿਸ ਤਰ੍ਹਾਂ ਉਸ ਨੂੰ ਵੀ ਦੇਖਦੇ ਦਿਖੋ ਅੰਟਰ ਟੇਗਰ ਜਿਹੜੇ ਹੈਗੇ ਆ ਉਹਨਾਂ ਦੀ ਕਾਫੀ ਏਜ ਹੋ ਚੁੱਕੀ ਹੋਈ ਹੈ 60 ਸਾਲ ਦੀ ਏਜ ਹੋ ਚੁੱਕੀ ਹੋਈ ਹੈ ਜੇ ਤੁਸੀਂ ਕੋ ਉਹਨਾਂ ਨੂੰ ਚੈਲੰਜ ਕਰਨਾ ਵਾ ਜਿਆਦਾ ਏਜ ਦੇ ਬੰਦੇ ਦੇ ਹੱਥ ਚੱਕਦਾ ਮੈਨੂੰ ਆਵਜੰਗਾ ਨਹੀਂ ਲੱਗਦਾ ਬਾਕੀ ਜੇ ਉਹ ਮੈਨੂੰ ਚੈਲੰਜ ਕਰਨਗੇ ਮੈਨੂੰ ਫਾਈਟ ਕਰਨਾ ਚਾਹਣਗੇ ਤੇ ਜੌਨ ਸਿਨਰ ਵੀ ਇੱਕ ਬਹੁਤ ਵਧੀਆ ਰੈਸਲਰ ਹੈਗੇ ਆ ਫਿਲਹਾਲ ਉਹ ਨਹੀਂ ਆ ਰਹੇ ਰਿੰਗ ਦੇ ਵਿੱਚ ਬਹੁਤ ਟੈਂਸ਼ਨ ਹੈ ਨੈਵਰ ਗਿਵ ਅਪ ਗਿਵ ਅਪ ਆਪਾ ਨਾ ਜੀ ਨੈਵਰ ਗਿਵ ਅਪ ਉਹਨਾਂ ਦਾ ਟਾਈਟਲ ਹੈਗਾ ਮੇਰਾ ਹੈਗਾ ਟੀਮ ਬੈਡ ਐਟੀਟਿਊਡ ਹੈਗਾ ਮੇਰੇ ਵੀ ਬਹੁਤ ਆ ਦ ਬੈਸਟ ਰੈਸਲਰ ਬੈਡ ਐਟੀਟਿਊਡ ਇੱਕ ਸਲੋਗਨ ਹੁੰਦੇ ਆ ਇੱਕ ਸਲੋਗਨ ਹੁੰਦੇ ਜਿਹਦਾ ਜੌਨ ਸਿਨਰ ਹੈਗਾ ਨੈਵਰ ਗਿਵ ਅਪ ਮੇਰਾ ਹੈਗਾ ਦ ਬੈਸਟ ਰੈਸਲਰ ਬੈਡ ਐਟੀਟਿਊਡ ਸੋ ਇਹ ਜਿਹੜਾ ਅਸੀਂ ਬੈਡ ਐਟੀਟਿਊਡ ਜਿਹੜਾ ਰਿੰਗ 'ਚ ਦਿਖਾਵਾਂਗੇ ਨਾ ਫਿਰ ਭਾਵੇਂ ਅੰਡਰਟੇਕਰ ਹੋਵੇ ਭਾਵੇਂ ਜੌਨ ਸੀਨਾ ਹੋਵੇ ਮੈਨੂੰ ਨਹੀਂ ਲੱਗਦਾ ਕੋਈ ਟਿਕੂਗਾ ਜਦੋਂ ਬਾਈ ਜੀ ਤੁਸੀਂ ਡਬਲਯੂ ਡਬਲਯੂ ਜੀ ਦੇ ਵਿੱਚ ਜਾਓਗੇ ਜਦੋਂ ਗੋਰੇ ਖਾਲਸਾ ਜੀ ਖਾਲਸਾ ਜੀ ਕਹਿਣਗੇ ਕਿੰਨਾ ਕਮਾਂਡ ਮਹਿਸੂਸ ਹੋਏਗਾ ਤੁਹਾਨੂੰ ਦੇਖੋ ਹੁਣ ਹੀ ਗੋਰੇ ਬਹੁਤ ਕਹਿ ਰਹੇ ਆ ਮੈਂ ਜਦੋਂ ਮੇਰੇ ਜਿੰਨੇ ਵੀ ਇੰਟਰਨੈਸ਼ਨਲ ਫਾਈਟਸ ਹੋਈਆਂ ਵਾ ਉੱਥੇ ਗੋਰਿਆਂ ਨਾਲ ਜਦੋਂ ਮੈਚਸ ਹੁੰਦੇ ਉੱਥੋਂ ਦੇ ਰਿੰਗ ਅਨਾਉਂਸਰ ਜਾਂ ਉੱਥੋਂ ਦੇ ਕਮੈਂਡੇਟਰ ਵੀ ਗੋਰੇ ਹੁੰਦੇ ਆ ਸੋ ਮੈਨੂੰ ਸਪੈਸ਼ਲੀ ਜਦੋਂ ਬੁਲਾਉਂਦੇ ਆ ਤੇ ਨਾਲ ਮੇਰੇ ਹੋਰ ਵੀ ਬਹੁਤ ਸਾਰੇ ਵਰਡਸ ਨੂੰ ਐਡ ਕਰਦੇ ਆ ਵੀ ਜਿਹਦੇ ਨਾਲ ਬਹੁਤ ਇੱਕ ਪ੍ਰਾਊਡ ਫੀਲ ਹੁੰਦਾ ਵੀ ਯਾਰ ਅਸੀਂ ਇਕੱਲੇ ਨਹੀਂ ਆਏ ਅਸੀਂ ਪੂਰਾ ਆਪਣਾ ਪੰਜਾਬ ਨਾਲ ਲੈ ਕੇ ਆਏ ਆ ਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਪੰਜਾਬ ਤੋਂ ਕੋਈ ਪਹਿਲਵਾਨ ਆਇਆ ਵਾ ਬਾਕੀ ਜਿਹੜਾ ਤੁਹਾਡਾ ਕੁਐਸਚਨ ਸੀਗਾ ਮੇਰਾ ਵੀ ਤੁਹਾਨੂੰ ਇੱਕ ਛੋਟਾ ਜਿ ਤਾਨੂੰ ਪੰਜਾਬੀਆਂ ਦੀ ਤਾਕਤ ਤੇ ਪੰਜਾਬੀਆਂ ਦੇ ਦਮ ਦੇ ਕੋਈ ਸ਼ੱਕ ਹੈਗਾ ਵਾ ਨਹੀਂ ਮੈਨੂੰ ਤਾਂ ਕੋਈ ਸ਼ੱਕ ਨਹੀਂ ਵੈਸੇ ਮੈਂ ਭਾਈ ਜੀ ਗੱਲ ਕਰਨ ਦੇ ਆ ਤੁਹਾਡੇ ਤਾਨੂੰ ਕੋਈ ਸ਼ੱਕ ਨਹੀਂ ਜਿਹੜੇ ਲੋਕ ਦੇਖ ਰਹੇ ਆ ਉਹਨਾਂ ਨੂੰ ਕੋਈ ਸ਼ੱਕ ਨਹੀਂ ਤੇ ਬਸ ਵੇ ਜਿਨਾਰੇ ਮਨ ਚ ਵਿਹਿਮ ਹੋਏਗਾ ਨਾ ਉਹ ਅਸੀਂ ਬਹੁਤ ਜਲਦੀ ਕੱਢਾਂਗੇ ਤੇ ਦਿਖਾਵਾਂਗੇ ਪੰਜਾਬੀਆਂ ਚ ਕਿੰਨਾ ਦਮ ਹੁੰਦਾ ਭਾਈ ਜੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹ ਸਕ੍ਰਿਪਟਡ ਰੈਸਲਿੰਗ ਜਿਹੜੀ ਕਿ ਇਹ ਕੀ ਇਹ ਟਰੂ ਆ ਇਹਦੇ ਚ ਦੇਖੋ ਇੱਕ ਛੋਟੀ ਜੀ ਚੀਜ਼ ਨੂੰ ਦੱਸਦਾ ਵਾਂ ਇੰਡੀਆ ਦੇ ਲੋਕਾਂ ਨੂੰ ਨਾ ਇਹਦੇ ਰੂਲਸ ਬਾਰੇ ਨਹੀਂ ਪਤਾ ਲੋਕੀ ਕੀ ਕਰਦੇ ਜੋ ਟੀਵੀ 'ਰ ਦੇਖਦੇ ਉਸ ਸਾਹ ਨਾਲ ਰੂਮਰਸ ਬਣਾ ਲੈਂਦੇ ਆ ਉਸ ਆਪਨਾ ਫਾਰਮਾ ਬਣ ਜਾਂਦੀਆਂ ਵਾ ਤਾਂ ਤੁਸੀਂ ਮੈਚ ਦੇਖ ਰਹੇ ਹੋ ਤਾਨੂੰ ਹੁਣ ਹੋਰ ਬਰ ਰੂਲਸ ਨਹੀਂ ਬਰ ਤੁਸੀਂ ਗਣਾ ਪਹਿਲਾਂ ਯਾਰ ਆ ਰੈਸਟੋਰਰ ਕੁੱਟ ਰਿਆ ਸੀ ਹੁਣ ਉਹ ਕੁੱਟਣ ਲੱਪਿਆ ਇਹ ਕੀ ਚੱਲ ਰਿਹਾ ਵਾ ਸੋ ਤੁਹਾਡੇ ਮਨ ਚ ਜੋ ਆਏਗਾ ਤੁਸੀਂ ਕਹੋਗੇ ਨਹੀਂ ਨਹੀਂ ਇਹ ਰੈਸਿੰਗ ਇਦਾਂ ਹੁੰਦੀ ਪਹਿਲਾਂ ਉਹ ਕੁੱਟੇਗਾ ਫਿਰ ਉਹ ਕੁੱਟੇਗਾ ਸੋ ਬਹੁਤ ਸਾਰੇ ਰੂਮਰਸ ਹੁੰਦੇ ਨੇ ਇਹਦੇ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੰਨਾ ਵੀ ਜਿਹੜੀ ਕਈ ਵਾਰੀ ਆਪਾਂ ਕਹਿੰਦੇ ਦੇਖਦੇ ਆਂ ਵੀ ਕੁਝ ਸੀਨ ਸਦਾਰਾ ਵਾਇਰਲ ਹੋ ਜਾਂਦਾ ਜਿਹੜਾ ਸ਼ਾਟ ਜਿਹੜੀ ਮਿਸ ਹੋ ਜਾਂਦੀ ਹੈ ਤੇ ਉਹਦੇ ਪਿੱਛੇ ਰੀਜ਼ਨ ਕਿਉਂ ਹੁੰਦਾ ਕਈ ਵਾਰੀ ਹੋਣ ਜਿੱਦਾਂ ਸਾਡੇ ਦੋਨਾਂ ਦੀ ਫਾਈਟ ਹੋ ਗਈ ਆਪਾਂ ਦੋਨੋਂ ਫਰੈਂਡ ਆ ਪ੍ਰੋਮੋਟਰ ਨੇ ਸਾਡਾ ਮੈਚ ਲਾਤਾ ਠੀਕ ਆ ਸਾਡਾ ਮੈਚ ਹੈਗਾ ਵਾ ਤੁਸੀਂ ਮੈਨੂੰ ਅੱਗੇ ਕਿਹਾ ਵੀ ਯਾਰ ਮੇਰੀ ਅੱਜ ਹੈਲਥ ਸਹੀ ਨਹੀਂ ਹੋਣਾ ਅਸੀਂ ਅੰਡਰ ਕੰਟਰੈਕਟ ਹੈਗੇ ਆ ਸਾਡੀ ਫਾਈਟ ਹੋਣੀ ਸਾਨੂੰ ਕਰਨੀ ਪੈਣੀ ਆ ਫਾਈਟ ਆਪਾਂ ਕੋਈ ਦੁਸ਼ਮਣ ਥੋੜੀ ਨਾ ਵੀ ਭਾਈ ਤੁਸੀਂ ਮੈਨੂੰ ਅੱਜ ਥੋੜਾ ਹੌਲੀ ਮਾਰਿਓ ਇੰਨੀ ਜ਼ੋਰ ਦੀ ਨਾ ਮਾਰੇ ਕਿਉਂਕਿ ਮੇਰੇ ਜ਼ਿਆਦਾਤਰ ਆਪੋਨੈਂਟ ਮੈਨੂੰ ਇਹੀ ਕਹਿੰਦੇ ਆਗੇ ਜਿਹੜੇ ਮੇਰੇ ਦੁਸ਼ਮਣ ਨਹੀਂ ਨਾ ਹੁੰਦੇ ਕਿਉਂਕਿ ਮੈਂ ਛੱਟ ਬੋਟ ਥ ਬਹੁਤ ਸਾਰੇ ਜਿਹੜੇ ਬੰਦੇ ਹੁੰਦੇ ਆ ਉਹ ਡਰ ਜਾਂਦੇ ਆ ਮੇਰੇ ਸਾਡੇ ਤੋਂ ਈਵਨ ਕੀ ਮੈਂ ਕੁਝ ਬੰਦਿਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਬੰਦੇ ਹੈਗੇ ਆ ਜਿਹੜੇ ਬਹੁਤ ਲੰਬੇ ਲੰਬੇ ਵੀ ਸੀਗੇ ਬੜੇ ਆਪਣਾ ਪਹਿਲਵਾਨ ਸਮਝਦੇ ਸੀ ਜਦੋਂ ਮੇਰਾ ਉਹਨਾਂ ਨਾਲ ਮੈਚ ਹੋਇਆ ਤੇ ਉਹ ਵੀ ਮੈਨੂੰ ਇਹ ਕਹਿ ਰਹੇ ਸੀ ਵੀ ਭਾਜੀ ਹੌਲੀ ਮਾਰਿਓ ਤੁਸੀਂ ਛੱਟ ਬਹੁਤ ਜ਼ੋਰ ਦੀ ਮਾਰਦੇ ਹੋ ਸੋ ਇਦਾਂ ਕਈ ਵਾਰੀ ਨਾ ਰੈਸਲਰ ਆ ਕੇ ਕਹਿ ਰਹੇ ਹੁੰਦੇ ਫੇ ਮੇਰੇ ਮਨ 'ਚ ਵੀ ਹੁੰਦਾ ਵੀ ਯਾਰ ਉਹ ਮੇਰੇ ਕਿਹੜਾ ਦੁਸ਼ਮਣ ਆ ਮੈਂ ਕੱਲੀ ਉਹਨੂੰ ਜ਼ੋਰ ਦੀ ਮਾਰਨਾ ਕਈ ਵਾਰੀ ਜ਼ੋਰ ਦੀ ਨਾ ਮਾਰਨ ਕਰਕੇ ਸ਼ਾਟ ਮਿਸ ਹੋ ਜਾਂਦੀ ਹੈ ਦੋ ਰੈਸਲਰ ਆਪਸੇ ਸੈਟਿੰਗ ਕਰ ਲੈਣ ਉਹਦੇ ਕਰਕੇ ਗਲਤੀਆਂ ਰਿੰਗ 'ਚ ਸਾਨੂੰ ਦੇਖਣ ਨੂੰ ਮਿਲਦੀਆਂ ਪ੍ਰੋਮੋਟਰ ਵੱਲੋਂ ਇਹ ਚੀਜ਼ ਕਦੀ ਵੀ ਨਹੀਂ ਹੁੰਦੀ ਕਿਉਂਕਿ ਪ੍ਰੋਮੋਟਰ ਦਾ ਪੈਸਾ ਲੱਗਾ ਹੋ ਤਾਂ ਉਹਨੇ ਟਿਕਟ ਵੇਚਣੀ ਹੁੰਦੀ ਹੈ ਜੇ ਪ੍ਰੋਮੋਟਰ ਹੀ ਇਦਾਂ ਸੈਟਿੰਗ ਕਰਨ ਲੱਪੇਗਾ ਫਿਰ ਟਿਕਟ ਕਿਦਾਂ ਵਿਕੇਗੀ ਬਾਈ ਜੀ ਡਬਲਯੂ ਡਬਲਯੂ ਜਦੋਂ ਦੇਖਦੇ ਆ ਜੇ ਕੋਈ ਰੈਸਲਰ ਰਿੰਗ ਦੇ ਵਿੱਚ ਹੁੰਦਾ ਜੇ ਕੋਈ ਲੜਕੀ ਆ ਉਹਦਾ ਧਿਆਨ ਭਟਕ ਜਾਂਦਾ ਵਾ ਫਿਰ ਕਿਸ ਤਰ੍ਹਾਂ ਤੁਸੀਂ ਤੁਹਾਡਾ ਤਾਂ ਨਹੀਂ ਕਦੀ ਇਹ ਦੇਖੋ ਇਹ ਕੱਲਾ ਲੜਕੀਆਂ ਤਾਂ ਨਹੀਂ ਕੁਝ ਮੁੰਡੇ ਵੀ ਆਉਂਦੇ ਜਿਹੜੇ ਬਾਹਰ ਉਹਦੇ ਨੂੰ ਰਿੰਗ ਇੰਟਰਫੀਰੈਂਸ ਕਹਿੰਦੇ ਆ ਮੇਰੇ ਵੀ ਕੁਝ ਫਾਈਟਸ ਹੁੰਦੇ ਜਦੋਂ ਕੋਈ ਆਪੋਨੈਂਟ ਹੁੰਦਾ ਨਹੀ ਤੁਹਾਡੇ ਸਾਹਮਣੇ ਟਿਕ ਪੰਦਾ ਜਾਣ ਪਤਾ ਹੁੰਦਾ ਵੀ ਯਾਰ ਇਹਦੇ ਸਾਹਮਣੇ ਅਸੀਂ ਨਹੀਂ ਟਿਕ ਸਕਦੇ ਫਿਰ ਉਹ ਕੁਝ ਆਪਣੇ ਨਾਲ ਬੰਦੇ ਲੈ ਕੇ ਆਂਦਾ ਉਹ ਕੀ ਕਰਦੇ ਆ ਸਾਡਾ ਧਿਆਨ ਭੜਕਾਉਂਦੇ ਆ ਰਿੰਗ ਦੇ ਸਾਈਡ ਤੇ ਖੜ ਜਾਂਦੇ ਸਾਨੂੰ ਜਾਣ ਕੇ ਟੀਜ਼ ਕਰਦੇ ਆ ਵੀ ਅਸੀਂ ਉਹਨਾਂ ਨੂੰ ਫੜੀਏ ਜਦੋਂ ਸਾਡਾ ਧਿਆਨ ਉਹਨਾਂ ਵੱਲ ਜਾਂਦਾ ਵਾ ਉਹ ਦੂਸਰਾ ਬੰਦੇ ਨੂੰ ਮੌਕਾ ਮਿਲ ਜਾਂਦਾ ਸਾਡੇ ਉੱਤੇ ਅਟੈਕ ਕਰਨ ਦਾ ਸੋ ਇੱਕ ਤਰ੍ਹਾਂ ਦੀ ਸਟਰੈਟਜੀ ਹੁੰਦੀ ਆ ਫਾਈਟ ਕਰਨ ਦੀ ਇਹਦੇ ਵੀ ਕੁਝ ਰੂਲਸ ਹ ਜੇ ਬਾਹਰ ਵਾਲਾ ਬੰਦਾ ਸਾਨੂੰ ਪ੍ਰੋਪਰ ਇੱਕ ਮੈਚ ਦੇ ਵਿੱਚ ਹੁੰਦਾ ਜੇ ਬਾਹਰ ਕੋਈ ਬੰਦਾ ਸਾਨੂੰ ਹਿੱਟ ਕਰਦਾ ਤੇ ਅਸੀਂ ਆਟੋਮੈਟਿਕਲੀ ਮੈਚ ਜਿੱਤ ਜਾਂਦੇ ਆ ਸੋ ਰੂਲਸ ਪਤਾ ਹੋਣੇ ਬਹੁਤ ਜ਼ਰੂਰੀ ਹੈਗੇ ਆ ਬਾਕੀ ਧਿਆਨ ਭਟਕਾਉਣ ਲਈ ਤਾਂ ਇਦਾਂ ਹੀ ਆ ਜੀ ਜਦੋਂ ਮੇਰੀ ਜਿੰਨੀ ਵੀ ਫਾਈਟਸ ਹੋਈਆਂ ਵਾ ਤੇ ਮੇਬੀ ਜ਼ਿਆਦਾਤਰ ਸਾਰੇ ਬੰਦੇ ਆਪਣੇ ਨਾਲ ਬੰਦੇ ਲੈ ਕੇ ਆਂਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਪਿੱਛੇ ਇੱਕ ਬੰਦਾ ਸੀ ਮੈਨੂੰ ਬਹੁਤ ਚੈਲੰਜਸ ਕਰ ਰਿਹਾ ਸੀਗਾ سوشل ਮੀਡੀਆ ਤੇ ਵੀ ਮੈਂ ਸੁਪਰ ਖਾਲਸਾ ਨੂੰ ਆਹ ਕਰ ਦਿਆਂਗਾ ਉਹ ਕਰ ਦਿਆਂਗਾ ਮੇਰਾ ਲੜਕੇ ਦਿਖਾਵੇ ਉਤੋਂ ਕਰੋਨਾ ਖਤਮ ਹੋ ਚੁੱਕਿਆ ਸੀ ਉਤੋਂ ਬਾਅਦ ਫਿਰ ਵੀ ਪਰਮਿਸ਼ਨਸ ਨਹੀਂ ਮਿਲ ਉਹ ਬੰਦੇ ਨੂੰ ਰੁਕਿਆ ਨਹੀਂ ਜਾ ਰਿਆ ਸੀ ਕੁੱਟ ਖਾਨ ਲਈ ਫਿਰ ਉਹ ਜਿੱਥੇ ਰਹਿੰਦਾ ਸੀ ਉਥੇ ਜਾ ਕੇ ਨੂੰ ਕੁੱਟ ਕੇ ਆਇਆ ਪਲੱਸ ਉਹਨੂੰ ਚਪਲਾਂ ਨਾਲ ਕੁੱਟਿਆ ਮੈਂ ਫਿਰ ਉਹਦੇ ਕੱਪੜੇ ਵੀ ਲਾਏ ਉਹਦੀ ਵੀਡੀਓ ਪ੍ਰੋਪਰ ਨੈਟ ਤੇ ਪਈ ਹੋਈ ਆ ਉਹਨੂੰ ਨੰਗਾ ਕਰਕੇ ਚਪਲਾਂ ਨਾਲ ਕੁੱਟ ਕੇ ਆਇਆ ਮੈਂ ਸੋ ਇਸੇ ਕਰਕੇ ਮੇਰੀ ਕੁਝ ਵੀਡੀਓਜ਼ ਦੇਖਣ ਕਰਕੇ ਲੋਕੀ ਪਹਿਲਾਂ ਹੀ ਆਪਣੇ ਨਾਲ ਕੁਝ ਆਪੋਨੈਂਟ ਲੈ ਕੇ ਆਂਦੇ ਰਸਲਰ ਲੈ ਕੇ ਆਂਦੇ ਆ ਵੀ ਇਹਰਾ ਧਿਆਨ ਭੜਕਾਵਾਂਗੇ ਤਾਂ ਹੀ ਭਰਾਵਾ ਤੇ ਹੱਥ ਪੈਣਾ ਵਾ ਜੀ ਬਾਈ ਜੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ੇ 'ਚ ਲੱ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਨਸ਼ੇ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਆਪਣਾ ਮਾਈਂਡਸੈਟ 네ਗੇਟਿਵ ਹੋਣਾ ਜਦੋਂ ਤੁਹਾਡਾ ਮਾਈਂਡਸੈਟ 네ਗੇਟਿਵ ਹੈ ਬਹੁਤ سارے ਨੌਜਵਾਨ ਵੀ ਕਹਿੰਦੇ ਕਿ ਨਹੀਂ ਅਸੀਂ ਹੁਣ ਇਸ ਦਲਦਲ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਨਹੀਂ ਛੱਡ ਸਕਦੇ ਇਹ ਚੀਜ਼ ਉਹ ਤਾਂ ਦੇਖੋ ਜੀ ਹੁਣ ਬਹਾਨੇ ਆ ਕਿਹੜੀ ਚੀਜ਼ ਦੁਨੀਆ ਤੇ ਨਹੀਂ ਅਚੀਵ ਕਰ ਸਕਦੀ ਬੜੇ ਲੋਕਾਂ ਨੇ ਨਸ਼ਾ ਛੱਡੇ ਵੀ ਹੈ ਬਹੁਤ ਇਦਾਂ ਦੇ ਐਗਜ਼ਾਮਪਲਸ ਭਰੀਆਂ ਹੋਈਆਂ ਜਿਨ੍ਹਾਂ ਨੇ ਨਸ਼ੇ ਤੋਂ ਬਾਹਰ ਆਏ ਹੈ ਪਹਿਲੀ ਗੱਲ ਤਾਂ ਪੈਨ ਦੀ ਲੋੜ ਹੀ ਨਹੀਂ ਜਦ ਸਾਨੂੰ ਪਤਾ ਵਾ ਵੀ ਇਹ ਡਰੱਗ ਇਦਾਂ ਦਾ ਵਾ ਜੇ ਅਸੀਂ ਇਹਨੂੰ ਲਵਾਂਗੇ ਇਹਨੂੰ ਅਸੀਂ ਡਰੱਗ ਨੂੰ ਯੂਜ਼ ਕਰਾਂਗੇ ਸਾਨੂੰ ਫੜ ਸਕਦਾ ਵ ਤੁਸੀਂ ਐਵੇਂ ਬਿਨਾ ਸ਼ੋਅ ਆਫ ਕਰਕੇ ਇਸ ਚੀਜ਼ 'ਚ ਪੈਣਾ ਇਹਦੇ ਪਿੱਛੇ ਮੈਂ ਵੈਸੇ ਸਭ ਤੋਂ ਵੱਡਾ ਕਾਰਨ ਇਹੀ ਮੰਨਦਾ ਵਾਂ ਅੱਜ ਦੇ ਟਾਈਮ 'ਚ ਜੋ ਨੈਟਫਲਿਕਸ 'ਤੇ ਚੱਲ ਰਿਹਾ ਵਾ ਤੁਸੀਂ ਨੈਟਫਲਿਕਸ 'ਤੇ ਦੇਖਿਆ ਹੋਊਗਾ ਜਾਰਾਤ ਰੋਚੀ ਡਰੱਗਸ ਦਿਖਾਇਆ ਜਾਂਦਾ ਜਿਹੜੇ ਟੀਵੀ 'ਸ ਹੈਗੇ ਆ ਟੀਵੀ 'ਤੇ ਜਿੱਤੇ ਤੁਸੀਂ ਫਿਲਮ ਦੇਖਦੇ ਹੋ ਉਹਨਾਂ 'ਚ ਸਿਗਰਟ ਨੂੰ ਦਿਹਾਣਾ ਬੈਨ ਹੈਗਾ ਵਾ ਜਾਂ ਬਲਰ ਕਰ ਦਿੱਤਾ ਜਾਂਦਾ ਸ਼ਰਾਬ ਪੀਣੀ ਵੀ ਦਿਖਾਣੀ ਬੈਨ ਆ ਦੇ ਵਿੱਚ ਪਰ ਨੈਟਫਲਿਕਸ ਦੇ ਵਿੱਚ ਇਹ ਚੀਜ਼ਾਂ ਆਮ ਹੈਗੀਆਂ ਵਾ ਸੋ ਮੇਰੇ ਹਿਸਾਬ ਨਾਲ ਇਹਨੂੰ ਸਟਾਈਲ ਮੰਨਦੇ ਹੋਏ ਵੀ ਨੌਜਵਾਨ ਇਹ ਚੀਜ਼ ਨੂੰ ਅਪਣਾ ਰਹੇ ਆ ਪਲੱਸ ਕੁਝ ਆਪਣਾ ਮਾਈਂਡਸੈਟ 네ਗੇਟਿਵ ਹੋਣ ਕਰਕੇ ਆਪਣੀ ਜ਼ਿੰਦਗੀ 'ਚ ਆਪਾਂ ਨੂੰ ਕੁਝ ਮਿਲ ਨਹੀਂ ਰਿਹਾ ਆਪਾਂ 네ਗੇਟਿਵ ਹੋ ਜਾਂਦੇ ਬਹੁਤ ਜ਼ਿਆਦਾ ਉਹਦੇ ਕਰਕੇ ਵੀ ਲੋਕ ਨਸ਼ੇ ਦੇ سہਾਰੇ ਲੈਣੇ ਸ਼ੁਰੂ ਕਰ ਦਿੰਦੇ ਆ ਸੋ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਨਾ ਉਹਦਾ ਸਾਰੇ ਇੱਕੋ ਹੀ ਹੱਲ ਹੈ ਆਪਣੇ ਮਾਈਂਡ ਦਾ ਜਿਹੜਾ ਸਟੇਟ ਲੈਵਲ ਉਹਨੂੰ ਬਹੁਤ ਉੱਚਾ ਰੱਖੋ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖੋ ਜੇ ਤੁਹਾਡਾ ਮਾਈਂਡ ਪੋਜ਼ਿਟਿਵ ਹੋਏਗਾ ਤੁਸੀਂ ਇਹ ਚੀਜ਼ਾਂ ਬਾਰੇ ਸੋਚੂਗੇ ਹੀ ਨਹੀਂ ਪਲੱਸ ਤੁਸੀਂ ਜੋ ਆਪਣੇ ਬਾਰੇ ਸੋਚ ਰਹੇ ਹੋ ਜੋ ਤੁਹਾਡੇ ਦਿਮਾਗ 'ਚ ਗੱਲਾਂ ਚੱਲ ਰਹੀਆਂ ਆਨ ਲਾਈ ਟਾਈਮ ਤੁਸੀਂ ਉਹਨੂੰ ਡੈਫੀਨੇਟਲੀ ਅਚੀਵ ਕਰੋਗੇ ਹੁਣ ਮੈਂ ਜੇ ਕਹਾਂਵਾ ਮੈਂ ਰੋਮਾਂਰੈਂਸ ਨੂੰ ਹਰਾਵਾਂਗਾ ਜੇ ਮੈਂ ਹੀ ਕਹੀਵਾਂਗਾ ਨਹੀਂ ਭਾਜੀ ਰੋਮਾਂਰੈਂਸ ਤਾਂ ਬਹੁਤ ਤਕੜਾ ਰੈਸਲ ਮੈਂ ਨਹੀਂ ਹਰਾ ਸਕਦਾ ਠੀਕ ਹੈ ਨਾ ਤੁਸੀਂ ਕਹਣਾ ਯਾਰ ਤੂੰ ਪੰਜਾਬੀ ਵਾਲਾ ਨਾਂ ਖਰਾਬ ਕਰ ਮਾਈਂਡ ਸੈਟ ਹੋਣਾ ਬਹੁਤ ਜ਼ਰੂਰੀ ਹੈ ਜੇ ਮੈਂ ਆਪਣੇ ਮਾਈਂਡ 'ਚ ਸੋਚ ਲਿਆ ਉਹ ਸੋਚ ਕੇ ਮੈਂ ਮਿਹਨਤ ਕਰ ਰਿਹਾ ਵੀ ਆਹ ਰੈਸਲਰ ਨੂੰ ਹਰਾਣਾ ਵਾ ਤੈਨੂੰ ਮੈਂ ਹਰਾਵਾਂਗਾ ਜ਼ਰੂਰ ਬਾਈ ਜੀ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਚੈਨਲ ਵੱਲੋਂ ਬੈਸਟ ਵਿਸ਼ੇ ਦਿੱਨੇ ਆ ਕਿ ਤੁਸੀਂ ਵੀ ਪੰਜਾਬ ਦਾ ਨਾਮ ਰੋਸ਼ਨ ਕਰੋ ਸੋ ਗੱਲਬਾਤ ਕੀਤੀ ਸੁਪਰ ਖਾਲਸਾ ਜੀ ਦੇ ਨਾਲ ਉਹਨਾਂ ਦੇ ਸਫ਼ਰ ਬਾਰੇ ਵੀ ਗੱਲਬਾਤ ਕੀਤੀ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਾ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ